ਖਬਰ ਲੈਣੇ ਆ ਅੰਮ੍ਰਿਤਸਰ ਤੋਂ। ਲੋਹੜੀ ਦੇ ਤਿਉਹਾਰ ਮੌਕਾ ਜਾਗ੍ਰਿਤੀ ਜੀਵਨ ਫੈਲਵੇਅਰ ਸੁਸਾਇਟੀ ਵੱਲੋਂ ਧੀਆਂ ਦੀ ਲੋਹੜੀ ਮਨਾਉਂਦੇ ਆਪਣੇ ਸਿਲਾਈ ਸੈਂਟਰ ਵਿੱਚ ਵਿਦਿਆਰਥਣਾਂ ਨਾਲ ਲੋਹੜੀ ਮਨਾਈ। ਇਸ ਮੌਕੇ ਗੱਲਬਾਤ ਕਰਦੇ ਹਾਂ ਜਾਗ੍ਰਿਤੀ ਜੀਵਨ ਫੈਲਵੇਅਰ ਸੁਸਾਇਟੀ ਦੀ ਆਗੂ ਰਸ਼ਮੀ ਅਤੇ ਕੁਲਜੀਤ ਕੌਰ ਨੇ ਦੱਸਿਆ, ਅੱਜ ਆਪਣੇ ਸਿਲਾਈ ਸੈਂਟਰ ਵਿਖੇ ਧੀਆਂ ਦੀ ਲੋਹੜੀ ਪ੍ਰੋਗਰਾਮ ਨਾਲ ਲੋਕਾਂ ਨੂੰ ਮੁੰਡਿਆਂ ਦੇ ਨਾਲ ਨਾਲ ਕੁੜੀਆਂ ਦੀ ਵੀ ਲੋਹੜੀ ਮਨਾਉਣ ਦਾ ਸੰਦੇਸ਼ ਦਿੱਤਾ ਅਤੇ ਉਹਨਾਂ ਨੇ ਕਿਹਾ ਕਿ ਸਾਡੀ ਜੀਵਨ ਸ਼ੈਲੀ ਵਿੱਚ ਚਾਹੇ ਕਾਫੀ ਬਦਲਾਅ ਆਇਆ ਹੈ ਪਰ ਅਜੇ ਵੀ ਲੋਕ ਲੜਕੀਆਂ ਨਾਲੋਂ ਲੜਕਿਆਂ ਨਾਲ ਜ਼ਿਆਦਾ ਮੋਹ ਦਿਖਾਉਂਦੇ। ਧੀਆਂ ਦੀ ਲੋਹੜੀ ਮਨਾਈ ਜਾਂਦੀ ਹੈ ਅਤੇ ਧੀਆਂ ਪ੍ਰਤੀ ਪੱਖਪਾਤ ਕੀਤਾ ਜਾਂਦਾ ਜਿਸ ਦੇ ਚੱਲਦੇ ਅੱਜ ਅਸੀਂ ਧੀਆਂ ਦੀ ਲੋਹੜੀ ਮਨਾ ਲੋਕਾਂ ਨੂੰ ਧੀਆਂ ਪ੍ਰਤੀ ਜਾਗਰੂਕ ਕਰਨ ਦਾ ਉਪਰਾਲਾ ਕੀਤਾ ਹੈ ਅਤੇ ਕਿਹਾ ਕਿ ਲੋਹੜੀ ਮੌਕੇ ਡਾਇਗਰਨ ਡੋਰ ਦੀ ਵਰਤੋਂ ਵਸ਼ਤ ਕਰ ਰਿਵਾਇਤੀ ਡੋਰ ਦੀ ਵਰਤੋਂ ਕਰਨ ਦੀ ਲੋੜ ਹੈ। ਕੁਲਜੀਤ ਕੌਰ ਸਰ, ਸਤਿ ਸ਼੍ਰੀ ਅਕਾਲ। ਕੀ ਉਪਰਾਲਾ ਕੀਤਾ ਰਿਹਾ, ਕਿਹੜੀ ਸੰਸਥਾ ਵੱਲੋਂ ਕੀਤਾ ਜਾ ਰਿਹਾ ਤੇ ਕਿੱਥੇ ਤੁਸੀਂ ਸਿਲਾਈ ਸੈਂਟਰ ਸਿੱਖੋ?
ਵੈਲਫੇਅਰ ਸੁਸਾਇਟੀ ਵੱਲੋਂ ਮੇਰਾ ਉਪਰਾਲਾ ਕੀਤਾ ਗਿਆ ਮੈਮ ਨੇ, ਜੋਤੀ ਮੈਮ ਮੈਮ ਉਹਨਾਂ ਨੇ ਬਹੁਤ ਵਧੀਆ ਸਾਨੂੰ ਸਿਖਾਉਂਦੇ ਨੇ ਕਿ ਪਹਿਲਾਂ ਸਾਉਣ ਦਾ ਤਿਉਹਾਰ ਵੀ ਮਨਾਇਆ ਗਿਆ, ਲੋਹੜੀ ਦਾ ਤਿਉਹਾਰ ਵੀ ਮਨਾਇਆ ਕਿ ਮੈਮ ਹੁਣੀ ਆਪ ਵੀ ਆਏ ਨੇ, ਸਾਰੇ ਸਾਰੇ ਬੱਚਿਆਂ ਨੂੰ ਵੀ ਸਿਖਾਉਂਦੇ ਨੇ, ਬੱਚੇ ਬਹੁਤ ਵਧੀਆ ਸਿੱਖਦੇ ਨੇ ਮੈਮ ਕੋਲੋਂ। ਲੋਹੜੀ ਕਿੱਦਾਂ ਮਨਾਈ ਜਾ ਰਹੀ ਹੈ? ਲੋਹੜੀ ਅੱਜ ਗਿੱਧਾ ਪਾਇਆ ਵਾ, ਭੰਗੜਾ ਪਾਉਣਾ, ਸਾਰਾ ਫੰਕਸ਼ਨ ਵਧੀਆ ਕਰਾਇਆ। ਸੰਸਥਾਵਾਂ ਨੂੰ ਇੱਦਾਂ ਦੇ ਉਪਰਾਲੇ ਕਰਨੇ ਚਾਹੀਦੇ ਜਿੱਥੇ ਧੀਆਂ ਨੂੰ ਅੱਗੇ ਰੱਖਣਾ ਚਾਹੀਦਾ। ਹਾਂਜੀ ਸਰ, ਸਾਰਿਆਂ ਨੂੰ ਕਰਨਾ ਚਾਹੀਦਾ ਵਾ, ਹਰ ਥਾਂ ਖੁੱਲੇ ਤੇ ਸਾਰੇ ਬੱਚਿਆਂ ਨੂੰ ਸਹੂਲਤ ਮਿਲੇ, ਬੱਚੇ ਜਿਹੜੇ ਕੰਮ ਕਾਰ ਤੋਂ ਫ੍ਰੀ ਬੈਠੇ ਹੋਏ ਆ, ਚਲੋ ਇੰਨਾ ਵਾ ਸਿਲਾਈ ਵਗੈਰਾ ਸਿੱਖੀ ਹੋਵੇ ਤੇ ਆਪਣਾ ਕੋਈ ਕੰਮ ਤੇ ਖੋਲ ਸਕਣਗੇ, ਤੇ ਕੰਮ ਖੋਲਣਗੇ ਆਪਣਾ ਤੇ ਘਰ ਦਾ ਥੋੜਾ ਬਹੁਤਾ ਬੱਚੇ ਆਪਣਾ ਘਰ ਦਾ ਤੇ ਕੱਢਣਗੇ ਖਰਚਾ ਪਾਣੀ, ਹਸਬੈਂਡ 100 ਗੱਲਾਂ ਹੋ ਜਾਂਦੀਆਂ ਨੇ ਘਰ ਦੇ ਵਿੱਚ, ਥੋੜੇ ਪੈਸੇ ਹੁੰਦੇ ਘਰਾਂ ਦੇ ਵਿੱਚ, ਕੰਮ ਵਿੱਚ ਹੱਥ ਬਟਾਇਆ ਜਾਂਦਾ ਵਾ। ਕਿੰਨੀ ਖੁਸ਼ੀ ਹੋ ਰਹੀ ਜੀ ਇਹ ਸੰਸਥਾ ਵੱਲੋਂ ਲੋਹੜੀ ਮਨਾਈ ਜਾ ਰਹੀ ਹੈ? ਬਹੁਤ ਖੁਸ਼ੀ ਹੋਈ ਆ ਸਾਨੂੰ ਤਾਂ, ਮੈਨੂੰ ਤਾਂ 2003 ਦੀ ਮੈਂ ਪੜ੍ਹਾਈ ਛੱਡੀ ਹੋਈ ਆ, ਹੁਣ ਮੈਨੂੰ ਪਹਿਲੀ ਵਾਰੀ ਫੰਕਸ਼ਨ ਨੇ ਮਿਲੇ ਹੋਏ ਆ, ਮੈਂ ਤਾਂ ਬਹੁਤ ਖੁਸ਼ੀ ਨਾਲ ਮਨਾਉਂਦੀ ਹਾਂ। ਮੇਰਾ ਨਾਮ ਰਸ਼ਮੀ ਰਲਫ ਹੈ, ਮੈਂ ਜਾਗਰਤੀ ਜੀਵਨ ਵੈਲਫੇਅਰ ਸੁਸਾਇਟੀ ਚ ਕੈਸ਼ੀਅਰ ਹਾਂ। ਕੀ ਉਪਰਾਲਾ ਕੀਤਾ ਜਾ ਰਿਹਾ? ਅੱਜ ਅਸੀਂ ਸਿਲਾਈ ਸੈਂਟਰ ਦੇ ਵਿੱਚ ਇਹਨਾਂ ਲੜਕੀਆਂ ਦੇ ਨਾਲ ਲੋਹੜੀ ਸੈਲੀਬ੍ਰੇਟ ਕਰਨ ਆਏ ਹਾਂ। ਇਹ ਲੜਕੀਆਂ ਨੂੰ ਅਸੀਂ ਪਲੇਟਫਾਰਮ ਦਿਖਾ ਰਹੇ ਹਾਂ ਕਿ ਲੜਕੀਆਂ ਨੂੰ ਹਮੇਸ਼ਾ ਅੱਗੇ ਵਧਣਾ ਚਾਹੀਦਾ ਹੈ। ਸਾਨੂੰ ਚਾਹੀਦਾ ਕਿ ਅਸੀਂ ਇਹਨਾਂ ਲੜਕੀਆਂ ਅਤੇ ਲੜਕਿਆਂ 'ਚ ਭੇਦਭਾਵ ਨਹੀਂ ਕਰਨਾ ਚਾਹੀਦਾ। ਹਮੇਸ਼ਾ ਹੀ ਜਦੋਂ ਵੀ ਦੇਖੀਦਾ ਕਿ ਲੜਕਿਆਂ ਦੀ ਲੋਹੜੀ ਬੜੀ ਧੂਮਧਾਮ ਨਾਲ ਮਨਾਈ ਜਾਂਦੀ ਹੈ, ਪਰ ਲੜਕੀਆਂ ਵੇਲੇ ਲੋਕ ਚੁੱਪਚਾਪ ਰਹਿ ਜਾਂਦੇ ਆ। ਪਰ ਅਸੀਂ ਕਹਿੰਦੇ ਕਿ ਨਹੀਂ, ਲੜਕੀਆਂ ਅੱਜ ਲੜਕਿਆਂ ਤੋਂ ਅੱਗੇ ਹੈ, ਲੜਕੀਆਂ ਹਰ ਪਲੇਟਫਾਰਮ 'ਚ ਜਾ ਰਹੀਆਂ ਨੇ। ਤੁਸੀਂ ਦੇਖਿਆ ਬੈਂਕਾਂ 'ਚ ਦੇਖੋ, ਕਿਸੇ ਵੀ ਇੰਪਲਾਈਡ 'ਚ ਦੇਖ ਲਓ, ਲੜਕੀਆਂ ਵੱਧ ਚੜ੍ਹ ਕੇ ਆਪਣਾ ਉਪਰਾਲਾ ਕਰ ਰਹੀਆਂ ਨੇ। ਇਸ ਕਰਕੇ ਅਸੀਂ ਲੜਕੀਆਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਇਹ ਆਪਣਾ ਵੱਧ ਤੋਂ ਵੱਧ ਅੱਗੇ ਵਧਣ ਤੇ ਆਪਣੀ ਜ਼ਿੰਦਗੀ 'ਚ ਕਾਮਯਾਬ ਹੋਣ। ਮੈਨੂੰ ਲੱਗਦਾ ਕਿ ਲੋਕਾਂ ਨੂੰ ਆਪਣੀ ਸੋਚ ਚੇਂਜ ਕਰਨੀ ਚਾਹੀਦੀ। ਬਿਲਕੁਲ ਕਰਨੀ ਚਾਹੀਦੀ ਹੈ, ਇਹ ਸੋਚ ਬਹੁਤ ਜਲਦੀ ਬਦਲਣੀ ਚਾਹੀਦੀ ਹੈ। ਅੱਜ ਕੱਲ੍ਹ ਤਾਂ ਦੇਖਿਆ ਤੁਸੀਂ ਕਿ ਲੜਕੇ ਲੜਕੀਆਂ 'ਚ ਕੋਈ ਫਰਕ ਨਹੀਂ ਹੈ, ਰਾਤ ਨੂੰ ਡੇ ਨਾਈਟ ਤੁਸੀਂ ਦੇਖ ਲਓ, ਬਾਹਰ ਦੇਖ ਲਓ, ਫੋਰਨ ਕੰਟਰੀ 'ਚ ਬੱਚੇ ਜਾ ਰਹੇ ਹੈ, ਲੜਕੀਆਂ ਜਾ ਰਹੀਆਂ, ਬਹੁਤ ਹਿੰਮਤ ਕਰਕੇ ਜਾ ਰਹੀਆਂ ਨੇ। ਅਸੀਂ ਇਹੀ ਕਹਿੰਦੇ ਹਾਂ ਕਿ ਲੜਕੀਆਂ ਨੂੰ ਅੱਗੇ ਵਧਣਾ ਚਾਹੀਦਾ। ਚਾਈਨਾ ਡੋਰ ਦੇ ਨਾਲ ਬਹੁਤ ਨੁਕਸਾਨ ਨੇ, ਜਿਹਦੇ 'ਚ ਕਈ ਘਰ ਉੱਜੜ ਚੁੱਕੇ ਆ, ਕਈਆਂ ਦੀ ਸੱਟਾਂ ਲੱਗ ਚੁੱਕੀਆਂ, ਕਈਆਂ ਦੇ ਬੱਚੇ ਤਬਾਹ ਹੋ ਗਏ ਆ, ਬੜੇ ਬੜੇ ਜ਼ਿਆਦਾ ਨੁਕਸਾਨ ਹੋਇਆ ਇਸ ਨਾਲ। ਇਸ 'ਤੇ ਬਹੁਤ ਮੇਰੇ ਖਿਆਲ ਤਾਂ ਕਾਰਵਾਈ ਘੱਟ ਹੀ ਹੈ। ਜਦੋਂ ਦੇਖੋ ਕਹਿ ਦਿੰਦੇ ਆ ਕਿ ਹਰ ਵਾਰੀ ਨਹੀਂ ਜੀ ਚਾਈਨਾ ਡੋਰ ਨਹੀਂ ਇਸਤੇਮਾਲ ਕੀਤੀ ਜਾਏਗੀ, ਪਰ ਮੈਨੂੰ ਲੱਗਦਾ ਕਿ ਨਹੀਂ, ਇਹਦੇ 'ਤੇ ਥੋੜ੍ਹੀ ਜੀ ਘੱਟ ਹੈ। ਹਾਂਜੀ ਬਿਲਕੁਲ। ਕਿੰਨੀ ਖੁਸ਼ੀ ਮਿਲ ਰਹੀ ਹੈ ਜੀ ਅੱਜ ਲੋਹੜੀ ਮਨਾ ਕੇ? ਸਾਨੂੰ ਬਹੁਤ ਵਧੀਆ ਲੱਗਦਾ ਹੈ, ਹਰ ਸਾਲ ਹੀ ਅਸੀਂ ਪਹਿਲੇ ਵੀ ਸਿਲਾਈ ਸੈਂਟਰ 'ਚ ਲੋਹੜੀ ਮਨਾਉਂਦੇ ਸੀ, ਉਹਨਾਂ ਲੜਕੀਆਂ ਨੂੰ ਵੀ ਅਸੀਂ ਇਸ ਪਲੇਟਫਾਰਮ ਦਿਖਾਇਆ ਬਾਹਰ ਦਾ ਆ ਕੇ ਕਿ ਤੁਸੀਂ ਬਾਹਰ ਆਓ ਤੇ ਬਾਹਰ ਨਿਕਲੋ, ਤੁਹਾਨੂੰ ਪਤਾ ਲੱਗੇ ਕਿ ਤੁਸੀਂ ਕਿੰਨੀ ਕੁ ਅੱਗੇ ਜਾ ਸਕਦੇ ਹੋ। ਕਿੰਨੀਆਂ ਤੁਹਾਡੇ ਕੋਲ ਧੀਆਂ ਹੁਣ? ਸਾਡੇ ਕੋਲ 60-70 ਲੜਕੀਆਂ ਹੈਗੀਆਂ ਜੀ। ਆ ਸਾਰੀਆਂ ਇੱਥੇ ਲੋਹੜੀ ਤੇ ਪਹੁੰਚੀਆਂ ਜੀ? ਹਾਂਜੀ ਹਾਂਜੀ ਬਿਲਕੁਲ। ਹਾਂਜੀ ਮੈਮ, ਆਪਣਾ ਨਾਮ ਤੇ ਸੰਸਥਾ ਦਾ ਨਾਮ ਦੱਸੋ। ਮੇਰਾ ਨਾਮ ਜੋਤੀ ਚਤਰਸ ਹੈ, ਸਾਡੀ ਸੰਸਥਾ ਦਾ ਨਾਮ ਜਾਗਰਤੀ ਜੀਵਨ ਵੈਲਫੇਅਰ ਸੁਸਾਇਟੀ ਹੈ। ਜੀ ਮੈਮ, ਕੀ ਉਪਰਾਲਾ ਕੀਤਾ ਜਾ ਰਿਹਾ ਤੁਹਾਡੇ ਵੱਲੋਂ? ਅਸੀਂ ਅੱਜ ਇੱਥੇ ਕੁੜੀਆਂ ਦੇ ਨਾਲ, ਧੀਆਂ ਦੇ ਨਾਲ ਲੋਹੜੀ ਮਨਾਉਣ ਆਏ ਹਾਂ। ਬੱਚਿਆਂ ਦੇ ਨਾਲ ਸਾਡਾ ਸੈਂਟਰ ਇੱਥੇ ਚੱਲਿਆ ਸਿਲਾਈ ਸੈਂਟਰ, ਇਸ ਤੋਂ ਪਹਿਲਾਂ ਸਾਡਾ ਵੱਲੇ ਪਿੰਡ ਵਿੱਚ ਸਿਲਾਈ ਸੈਂਟਰ ਚੱਲਿਆ ਸੀ। ਅਸੀਂ 2 ਸਾਲ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਸੀ ਉੱਥੇ, ਕਿਉਂਕਿ 1 ਸਾਲ ਕਰੋਨਾ ਆ ਗਿਆ ਇਸ ਵਿੱਚ, ਉਹਦੇ ਕਰਕੇ ਜਦਕਿ ਸਾਡਾ ਸਾਲ ਦਾ ਹੁੰਦਾ ਹੈ ਸੈਂਟਰ ਚੱਲਦਾ ਸਾਲ ਭਰ, ਅਸੀਂ ਟ੍ਰੇਨਿੰਗ ਬੱਚਿਆਂ ਨੂੰ ਸਿਲਾਈ ਸਿਖਾਉਂਦੇ ਹਾਂ, ਸਭ ਕੁਛ ਸਿਖਾਉਂਦੇ ਹਾਂ। ਫਿਰ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ 1-1 ਸਰਟੀਫਿਕੇਟ ਤੇ 1-1 ਮਸ਼ੀਨ ਫ੍ਰੀ ਦਿੱਤੀ ਜਾਂਦੀ ਬੱਚਿਆਂ ਨੂੰ। ਅਸੀਂ ਮੈਮ ਕਿੱਦਾਂ ਮਨ ਦੇ ਵਿੱਚ ਆਇਆ ਕਿ ਧੀਆਂ ਦੀ ਲੋਹੜੀ ਮਨਾਈ? ਧੀਆਂ ਦੇਖੋ, ਧੀਆਂ 1 ਘਰ ਨਹੀਂ ਚਲਾਉਂਦੀਆਂ, ਧੀਆਂ 2 ਘਰ ਚਲਾਉਂਦੀਆਂ, 1 ਪੇਕਿਆਂ ਦਾ ਤੇ 1 ਸਹੁਰਿਆਂ ਦਾ, ਜਿਨ੍ਹਾਂ ਨਾਲ ਉਹਨਾਂ ਦਾ ਵੰਸ਼ ਚੱਲਦਾ। ਪੇਕੇ ਘਰ ਵੀ ਉਹ ਧੀ ਹੁੰਦੀ ਹੈ ਤੇ ਭੈਣ ਭਰਾ ਦੀ ਜੋੜੀ ਬਣਦੀ ਹੈ, ਜਦੋਂ ਸਹੁਰੇ ਵਿਆਹੀ ਜਾਂਦੀ ਹੈ ਤੇ ਉਹੀ ਅੱਗੇ ਕੁੱਲ ਨੂੰ ਵਧਾਉਂਦੀ ਹੈ, ਜਿਹਨੂੰ ਕਿ ਅਸੀਂ ਕਹਿੰਦੇ ਹਾਂ ਕਿ ਸਾਡੇ ਘਰ ਨੂੰਹ ਆਈ ਹੈ, ਪਰ ਕੁੜੀ ਆ, ਕਿਸੇ ਦੀ ਕੁੜੀ ਨਹੀਂ ਹੈ, ਉਹ ਤੁਹਾਡੇ ਘਰ ਦੀ ਲਕਸ਼ਮੀ ਆ, ਤੁਸੀਂ ਉਹਨੂੰ ਇੱਜ਼ਤ ਦਿਓ, ਮਾਣ ਦਿਓ, ਜਦਕਿ ਅੱਗੇ ਧੀਆਂ ਜਿਹੜੀਆਂ ਧੀਆਂ ਅੱਗੇ ਵੱਧ ਕੇ ਹਰੇਕ ਕੰਮ ਕਰ ਸਕਦੀਆਂ ਨੇ। ਬਾਕੀ ਲੱਗਦਾ ਕਿ ਜਦੋਂ ਘਰ ਦੇ ਵਿੱਚ ਕਿਸੇ ਦੇ ਧੀ ਹੁੰਦੀ ਹੈ ਤਾਂ ਥੋੜਾ ਦੁਖੀ ਬੰਦਾ ਲੱਗਦਾ।
ਦੁਖੀ ਹੋ ਜਾਂਦੇ, ਬੜੀ ਦੁਨੀਆਂ ਦੁਖੀ ਹੋ ਜਾਂਦੀ, ਪਰ ਦੁਖੀ ਨਹੀਂ ਹੋਣਾ ਚਾਹੀਦਾ। ਸਾਨੂੰ ਤਾਂ ਧੀਆਂ ਦੀ ਸਗੋਂ ਲੋਹੜੀ ਮਨਾਉਣੀ ਚਾਹੀਦੀ ਆ। ਅਸੀਂ ਧੀਆਂ ਦੇ ਨਾਲ ਰਲ ਕੇ ਆਪਣਾ ਘਰ ਚਲਾਉਂਦੇ ਹਾਂ। ਜਿਸ ਤਰ੍ਹਾਂ ਕੁੜੀਆਂ ਤੇ ਅੱਜ ਤੱਕ ਬਹੁਤ ਅੱਗੇ ਵੱਧ ਚੁੱਕੀਆਂ, ਇੱਕ ਜੱਜ ਵੀ ਬਣ ਚੁੱਕੀਆਂ ਲੜਕੀਆਂ। ਖੇਡ ਦੇ ਮੈਦਾਨ ਵਿੱਚ ਦੇਖੋ ਤੇ ਕੁੜੀਆਂ ਅੱਗੇ ਆ, ਸਭ ਤੋਂ ਅੱਗੇ ਕੁੜੀਆਂ ਦੀ ਆਉਂਦਾ, ਹਰੇਕ ਚੀਜ਼ ਵਿੱਚ ਅੱਗੇ ਆ। ਪੁਲਿਸ ਵਿੱਚ ਦੇਖ ਲਓ ਤੇ ਉੱਥੇ ਵੀ ਧੀਆਂ ਅੱਗੇ ਆ, ਬਾਕੀ ਫੌਜ ਵਿੱਚ ਵੀ ਕੁੜੀਆਂ ਅੱਗੇ ਆ। ਨੌਜਵਾਨਾਂ ਨਾਲ ਜਿਹੜਾ ਲੋਹੜੀ ਦਾ ਤਿਉਹਾਰ ਵੀ ਹੈ, ਇਹ ਵੀ ਕੁੜੀਆਂ ਦੇ ਕਾਰਨ ਹੀ ਮਨਾਇਆ ਜਾਂਦਾ, ਕਿਉਂਕਿ ਇੱਕ ਸਾਂਝ ਦਾ ਪ੍ਰਤੀਕ ਹੈ, ਜਿਹੜੀ ਕਿ ਸਾਂਝ ਕੁੜੀਆਂ ਦੇ ਵਿੱਚ ਹੀ ਜ਼ਿਆਦਾ ਦੇਖੀ ਜਾਂਦੀ ਹੈ। ਜਿਹੜੀਆਂ ਕੁੜੀਆਂ ਉਹ ਸਾਂਝ ਕਰਕੇ ਆਪਣਾ ਗਿੱਧਾ ਪਾਉਂਦੀਆਂ ਜਾਂ ਧੀਆਂ ਦਾ ਲੋਹੜੀ ਦਾ ਤਿਉਹਾਰ ਮਨਾਉਂਦੀਆਂ, ਸਾਂਝੀਆਂ ਇਕੱਠੀਆਂ ਹੋ ਕੇ ਆਪਣਾ ਵਾਲਦੀਆਂ ਨਾਲ ਇਕੱਠੀਆਂ ਹੋ ਕੇ ਆਪਣਾ ਗਿੱਧਾ ਪਾਉਂਦੀਆਂ, ਸਭ ਦੇ ਨਾਲ ਸਾਂਝ ਕਰਦੀਆਂ। ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ।